ਤੁਸੀਂ ਸਵਾਲ ਪੁੱਛਿਆ ਕਿ ਲੋਕ ਨਿਸ਼ਾਨ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਆ। ਸੋ ਪਿਆਰਿਓ, ਸਾਨੂੰ ਮਹਾਂਪੁਰਖਾਂ ਨੇ ਇਹ ਦੱਸਿਆ ਸੀ ਕਿ ਜਿਵੇਂ ਇੱਕ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਕਿ ਮਜਨੂੰ ਜਿਹੜਾ ਉਹਨੂੰ ਲੈਲਾ ਦੇ ਨਾਲ ਪਿਆਰ ਸੀ। ਉਦਾਹਰਣ ਉਹ ਲੈ ਕੇ ਜੋੜਿਆ ਪਰਮਾਤਮਾ ਨੇ ਕਿ ਮਜਨੂੰ ਨੂੰ ਲੈਲਾ ਨਾਲ ਪਿਆਰ ਸੀ ਅਤੇ ਉਹਨੂੰ ਉਹਦੇ ਘਰ ਦਾ ਕੁੱਤਾ ਵੀ ਜਿਹੜਾ ਉਹ ਵੀ ਚੰਗਾ ਲੱਗਦਾ ਹੁੰਦਾ ਸੀ, ਉਹਨੂੰ ਵੀ ਉਹ ਬੜਾ ਪਿਆਰ ਕਰਦਾ ਸੀ। ਇਸੇ ਤਰ੍ਹਾਂ ਹੀ ਜੇਕਰ ਅਸੀਂ ਸਤਿਗੁਰੂ ਨੂੰ ਪਿਆਰ ਕਰਦੇ ਹਾਂ ਅਤੇ ਸਤਿਗੁਰੂ ਦੇ ਘਰ ਦੀ ਹਰੇਕ ਚੀਜ਼ ਜਿਹੜੀ ਆ ਸਾਨੂੰ ਪਿਆਰੀ ਲੱਗਦੀ ਹੈ, ਬਸ ਉਹਦਾ ਅਦਬ ਸਤਿਕਾਰ ਕਰਨ ਲਈ ਪਿਆਰਿਓ ਉਹਨੂੰ ਲੋਕ ਕਈ ਮੱਥਾ ਟੇਕ ਦਿੰਦੇ ਨੇ। ਵੈਸੇ ਜਦੋਂ ਆਪਾਂ ਵੇਖਦੇ ਹਾਂ ਲੋਕ ਗੁਰਦੁਆਰੇ ਸਾਹਿਬ ਦੇ ਬਾਹਰ ਵੀ ਲੰਘਦੇ ਹੋਣ ਤਾਂ ਉੱਥੋਂ ਵੀ ਉਹ ਸਿਰ ਝੁਕਾ ਕੇ ਲੰਘਦੇ, ਕਿਉਂ? ਕਿਉਂਕਿ ਇਹ ਗੁਰੂ ਦਾ ਕੋਈ ਦਰਬਾਰ ਆ, ਭਾਵੇਂ ਉਹ ਕੰਧਾਂ ਨੇ ਭਾਵੇਂ ਇਮਾਰਤੇ ਆ, ਪਰ ਕਾਹਦੇ ਲਈ? ਪਿਆਰ ਦੀ ਵਜ੍ਹਾ ਨਾਲ, ਕਿ ਪਿਆਰ ਗੁਰੂ ਨਾਲ ਹੈ ਅਤੇ ਗੁਰੂ ਦੀ ਹਰੇਕ ਚੀਜ਼ ਹਰੇਕ ਗੱਲ ਜਿਹੜੀ ਹੈ ਮੈਂ ਉਹਦਾ ਸਤਿਕਾਰ ਕਰਦਾ ਅਦਬ ਕਰਦਾ, ਇਸ ਲਈ ਮੱਥਾ